ਜਿਹੜੀ ਗੱਲ ਕੀਤੀ ਆ ਇਹਦਾ ਖਿਆਲ ਰੱਖਣਾ ਸਾਰੇ ਦੋਸਤਾਂ ਨੇ, ਤਾਂ ਕਿ ਨਾ ਤੁਹਾਡੇ ਵਾਸਤੇ ਪਰੇਸ਼ਾਨੀ ਬਣੇ ਅਤੇ ਨਾ ਸਾਡੇ ਵਾਸਤੇ ਕੋਈ ਪਰੇਸ਼ਾਨੀ ਬਣੇ। ਔਰ ਅਲਹਮਦੁਲਿਲਾ ਇੱਕ ਗੱਲ ਯਕੀਨੀ ਆ ਕਿ ਜਿਹੜੇ ਇਤਮਾਦ ਨਾਲ ਤੁਸੀਂ ਆਉਂਦੇ ਹੋ, ਕਈ ਸਾਡੇ ਦੋਸਤ ਬਾਜ਼ਾਰ ਦੇ ਵਿੱਚ ਦੂਰੋਂ ਆਉਂਦੇ ਨੇ, ਉਹਨਾਂ ਨੂੰ ਗੱਡੀ ਦੇ ਬਾਰੇ ਇਲਮ ਨਹੀਂ ਹੁੰਦਾ। ਇਹ ਜ਼ਰੂਰੀ ਗੱਲ ਆ ਜਿਹੜੀ ਮੈਂ ਦੋਸਤਾਂ ਨਾਲ ਕਰਨ ਲੱਗਿਆ ਹਾਂ ਕਿ ਬੇਫਿਕਰ ਹੋ ਕੇ ਆਉਣਾ ਤੁਸੀਂ ਬਾਜ਼ਾਰ ਦੇ ਵਿੱਚ, ਅੱਲਾ ਦੇ ਫਜ਼ਲੋ ਕਰਮ ਦੇ ਨਾਲ ਸਾਡੇ 'ਤੇ ਅਗਰ ਤੁਸੀਂ ਇਤਮਾਦ ਕਰਕੇ ਆਉਂਦੇ ਹੋ ਤਾਂ ਤੁਹਾਡੇ ਇਤਮਾਦ ਨੂੰ ਦੋਸ਼ ਨਹੀਂ ਪਹੁੰਚੇਗੀ, ਕਿਉਂਕਿ ਅਸੀਂ ਤੁਹਾਡੇ ਕੋਲੋਂ ਕਮਿਸ਼ਨ ਇਤਮਾਦ ਦਾ ਹੀ ਲੈਂਦੇ ਹਾਂ ਕਿ ਤੁਸੀਂ ਸਾਡੇ 'ਤੇ ਇਤਮਾਦ ਕਰਕੇ ਆਉਂਦੇ ਹੋ। ਅਗਰ ਕੋਈ ਤੁਸੀਂ ਦੋਸਤ ਨਾਲ ਲੈ ਕੇ ਆਉਂਦੇ ਹੋ, ਜ਼ਾਹਿਰ ਹੀ ਗੱਲ ਆ ਤੁਸੀਂ ਉਹਨੂੰ ਵੀ ਕਮਿਸ਼ਨ ਦੇਣਾ, ਸਾਨੂੰ ਵੀ ਕਮਿਸ਼ਨ ਦੇਣਾ, ਅਤੇ ਦੋਨੋਂ ਕਮਿਸ਼ਨ ਦਿੱਤੇ ਨਹੀਂ ਜਾਂਦੇ। ਇਸ ਕਰਕੇ ਅਸੀਂ ਤੁਹਾਨੂੰ ਗੱਡੀ ਦੇ ਮੁਤਲਕ ਜਿਹੜਾ ਵੀ ਗਾਈਡ ਕਰਾਂਗੇ, ਅੱਲਾ ਦੇ ਫਜ਼ਲੋ ਕਰਮ ਨਾਲ ਉਸ ਗੱਲ ਦੇ ਵਿੱਚ ਫਰਕ ਨਹੀਂ ਨਿਕਲੇਗਾ। ਅਗਰ ਫਰਕ ਨਿਕਲੇਗਾ ਤਾਂ ਅਸੀਂ ਉਸ ਗੱਡੀ ਦੇ ਵੀ ਜ਼ਿੰਮੇਦਾਰ ਹੋਵਾਂਗੇ, ਉਸ ਗੱਡੀ ਦੇ ਡਾਕੂਮੈਂਟ ਦੇ ਵੀ ਜ਼ਿੰਮੇਦਾਰ ਹੋਵਾਂਗੇ ਔਰ ਉਸ ਗੱਡੀ ਦੀ ਅਸਲ ਕੀਮਤ ਦੇ ਵੀ ਜ਼ਿੰਮੇਦਾਰ ਹੋਵਾਂਗੇ। ਇਸ ਕਰਕੇ ਤੁਹਾਨੂੰ ਇਸ ਚੀਜ਼ ਦਾ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਦੂਸਰੇ ਨੰਬਰ 'ਤੇ ਕਈ ਦੋਸਤ ਬੋਲੀ ਲਾਉਣ ਲੱਗੇ ਨਾ ਝੱਕਦੇ ਨੇ, ਉਹਨਾਂ ਅੱਗੇ ਗੁਜ਼ਾਰਿਸ਼ ਇਹ ਹੈ ਕਿ ਜਿਹੜਾ ਦੋਸਤ ਗੱਡੀ ਲੈਣ ਆਉਂਦਾ ਹੈ ਨਾ, ਅੱਜ ਮੈਂ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ ਵਾ ਵੀ ਅੱਜ ਸਪੀਕਰ ਮੈਂ ਨਹੀਂ ਬਣਨਾ, ਮੈਂ ਚਲਾਉਣਾ ਗੱਡੀ ਦੇ ਬੋਰਡ ਦੇ ਉੱਤੇ। ਜਿਹੜਾ ਕੋਈ ਦੋਸਤ ਇਹ ਜ਼ਿਹਨ 'ਚ ਸੋਚ ਗਿਆ ਕਿ ਮੈਂ ਗੱਡੀ ਲੈਣੀ ਹੈ, ਉਹ ਬਿਲਕੁਲ ਮੇਰੇ ਲਾਗੇ ਆਵੇ, ਮੈਨੂੰ ਦੱਸੇ ਵੀ ਭਾਈ ਆ ਗੱਡੀ ਮੇਰੀ ਇੰਨੀ ਸਮਝ ਆਉਂਦੀ, ਕਿਸੇ ਨੂੰ ਬੋਲਣ ਤੋਂ ਵੀ ਝਾਕਾ ਆਉਂਦਾ ਤਾਂ ਮੈਂ ਬੋਲਣ ਲਈ ਤਿਆਰ ਖੜਾ ਹਾਂ, ਠੀਕ ਹੈ, ਤੁਸੀਂ ਮੇਰੇ ਨਜ਼ਦੀਕ ਆ ਜਾਣਾ, ਮੈਨੂੰ ਦੱਸਣਾ ਕਿ ਭਾਈ ਆ ਗੱਡੀ ਸਾਡੀ ਸਮਝ ਇੰਨੇ ਦੀ ਆਉਂਦੀ ਆ, ਮੈਂ ਹਾਜ਼ਰਾਂ ਭਰਾਵਾਂ ਦੀ ਖਿਦਮਤ ਵਾਸਤੇ, ਅਤੇ ਬਾਕੀ ਤੁਸੀਂ ਕੋਆਪਰੇਟ ਇਹ ਕਰਨਾ ਕਿ ਜਿਹੜਾ ਮੇਰਾ ਦੋਸਤ ਗੱਡੀ ਲੈਣ ਆਇਆ ਵਾ ਬੇਝੱਕ ਕੇ ਝੱਕਣ, ਝੱਕਣਾ ਨਹੀਂ ਕਿਸੇ ਗੱਲ ਤੋਂ, ਤੁਸੀਂ ਆਪਣੀ ਆਫਰ ਦੇ ਦੇਣੀ ਆ। ਡੀਲਾਂ ਹੋ ਵੀ ਜਾਂਦੀਆਂ ਅਤੇ ਨਹੀਂ ਵੀ ਹੁੰਦੀਆਂ, ਹੁੰਦੀਆਂ ਉਹ ਹੀ ਆ ਜਿਹਨਾਂ ਦੇ ਉੱਤੇ ਬੋਲਿਆ ਜਾਂਦਾ ਵਾ, ਅਤੇ ਬੋਲਣਾ ਜ਼ਰੂਰ ਆ, ਇਹ ਤੁਸੀਂ ਮੇਰੇ ਨਾਲ ਕੋਆਪਰੇਟ ਕਰਨਾ ਜੀ। ਔਰ ਬਿਸਮਿਲਾ ਕਰਕੇ ਐਕਸ਼ਨ ਕਰਦੇ ਜੀ।